ਜੇਕਰ ਤੁਸੀਂ ਵੀ ਅਚਾਰ ਖਾਣ ਦੇ ਸ਼ੌਕੀਨ ਹੋ ਤਾਂ ਇਹ ਤੁਹਾਡੇ ਲਈ ਖਬਰ ਹੈ, ਕਿਉਂਕਿ ਜੋ ਬਾਜ਼ਾਰ ਦੇ ਵਿੱਚ ਅਚਾਰ ਮਿਲ ਰਿਹਾ ਹੈ ਉਹ ਕਿਵੇਂ ਬਣ ਰਿਹਾ ਹੈ ਅਤੇ ਕਿਵੇਂ ਉਸਦਾ ਰੱਖ ਰਖਾਵ ਹੋ ਰਿਹਾ ਹੈ ਇਸ ਦੀ ਸ਼ਾਇਦ ਤੁਹਾਨੂੰ ਜਾਣਕਾਰੀ ਨਹੀਂ ਹੈ। ਪਟਿਆਲਾ CIA ਸਟਾਫ ਅਤੇ ਪਟਿਆਲਾ ਹੈਲਥ ਵਿਭਾਗ ਦੇ ਵੱਲੋਂ ਇੱਕ ਰੇਡ ਕੀਤੀ ਗਈ ਹੈ। ਇਸ ਰੇਡ ਦੇ ਦੌਰਾਨ ਜਿੱਥੇ ਅਚਾਰ ਬਣ ਰਿਹਾ ਸੀ ਉੱਥੇ ਦੇ ਹਾਲਾਤ ਜਦੋਂ ਦੇਖੇ ਗਏ ਤਾਂ ਸਭ ਹੈਰਾਨ ਹੋ ਗਏ। ਹੈਲਥ ਡਿਪਾਰਟਮੈਂਟ ਦੇ ਵੱਲੋਂ ਇਸ ਥਾਂ ਤੋਂ ਅਚਾਰ ਦੇ ਸੈਂਪਲ ਭਰੇ ਗਏ ਨੇ, ਜੇਕਰ ਸੈਂਪਲ ਫੇਲ ਹੁੰਦੇ ਨੇ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਫੈਕਟਰਿੰਗ ਯੂਨਿਟ ਸੀਗਾ, ਉਹਨੂੰ ਚੈੱਕ ਕੀਤਾ ਆ ਅਤੇ ਇੱਥੇ ਕਾਫੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਸਾਨੂੰ ਅਚਾਰ ਮਿਲਿਆ ਆ ਅਤੇ ਅਸੀਂ ਉਹਦੇ ਅੱਜ ਫੂਡ ਐਕਟ ਦੇ ਤਹਿਤ ਆਪਣੇ ਸੈਂਪਲ ਲੈ ਰਹੇ ਹਾਂ ਅਤੇ ਸੈਂਪਲ ਉੱਪਰ ਟੈਸਟਿੰਗ ਲਈ ਭੇਜਾਂਗੇ। ਆਲਮੋਸਟ 14 ਡੇਜ਼ ਦੇ ਵਿੱਚ ਜਿਹੜੀ ਹੈਗੀ ਇਹਦੀ ਰਿਪੋਰਟ ਆ ਜਾਂਦੀ ਹੈ। ਉਦੋਂ ਤੱਕ ਅਸੀਂ ਇਹ ਸੈਂਪਲ ਜਿਹੜੇ ਹੈਗੇ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਉਹਨੂੰ ਸੀਲ ਕਰਨ ਤਾਂ ਕਿ ਹਜੇ ਇਹ ਅੱਗੇ ਕੰਜ਼ਿਊਮਰ ਕੋਲ ਨਾ ਜਾ ਸਕਣ ਅਤੇ ਜਦੋਂ ਵੀ ਰਿਪੋਰਟ ਆਏਗੀ ਉਹ ਰਿਪੋਰਟ ਦੇ ਮੁਤਾਬਿਕ ਅਸੀਂ ਜਿਹੜੀ ਹੈਗੀ ਇਹਨਾਂ ਨੂੰ ਨਸ਼ਟ ਕਰਨਾ ਆ ਜਾਂ ਇਹਦੀ ਜਿਹੜੀ ਇਹਦੀ ਜੋ ਸਜ਼ਾ ਬਣਦੀ ਆ ਟਾਈਮ ਮਿਲਦੀਆਂ ਰਹਿੰਦੀਆਂ ਨੇ। ਉਹ ਸਾਡੀ ਟੀਮ ਜਿਹੜੀ ਹੈਲਥ ਟੀਮ ਹੈ ਉਹ ਚੈਕਿੰਗ ਕਰਦੀ ਰਹਿੰਦੀ ਹੈ। ਸੁਬਹਾ ਵੀ ਅਸੀਂ ਇੱਥੇ ਇੱਕ ਡੈਰੀ ਤੋਂ ਪਨੀਰ ਦਾ ਸੈਂਪਲ ਭਰਿਆ ਆ ਅਤੇ ਅਸੀਂ ਰੂਟੀਨ ਦੇ ਵਿੱਚ ਹੀ ਪਰਸੋਂ ਚੌਥੇ ਅਸੀਂ ਸਮਾਨੇ ਗਏ ਸੀ ਅਤੇ ਪਟਿਆਲੇ ਦੇ ਆਸ ਪਾਸ ਏਰੀਏ ਵਿੱਚ ਵੀ ਅਸੀਂ ਦੁੱਧ ਔਰ ਪਨੀਰ ਦਹੀਂ ਦੇ ਸੈਂਪਲ ਭਰ ਰਹੇ ਹਾਂ ਅਤੇ ਜਿੱਥੇ ਸਾਨੂੰ ਕੋਈ ਕੰਪਲੇਂਟ ਮਿਲਦੀ ਹੈ ਉੱਥੇ ਵੀ ਅਸੀਂ। ਇਹਦੀ ਇੱਕ ਇਤਲਾਹ ਮਿਲੀ ਸੀ ਸਿਹਤ ਵਿਭਾਗ ਨੂੰ ਕਿ ਕੁਛ ਅਚਾਰ ਵਗੈਰਾ ਦਾ ਇੱਥੇ ਕੰਮ ਕਾਜ ਹੈਗਾ ਆ ਜਿਹਦੇ ਵਿੱਚ ਕੋਈ ਇਹੋ ਜਿਹੀ ਬੇਤਰਤੀਬੀ ਜਾਂ ਕੁਛ ਐਸਾ ਪਤਾ ਲੱਗਿਆ ਸੀ ਕਿ ਉਹ ਚਾਰ ਠੀਕ ਨਹੀਂ ਆ ਹਿਊਮਨ ਕੰਜ਼ਪਸ਼ਨ ਦੇ ਵਾਸਤੇ, ਜੋ ਇਤਲਾਹ ਮਿਲੀ ਸੀ। ਸੋ ਉਹਦੇ ਅਕੋਰਡਿੰਗਲੀ ਜੋ ਐਕਟ ਸਾਡਾ ਫੂਡ ਐਕਟ ਕਹਿੰਦਾ ਉਹਦੇ 'ਚ ਅਸੀਂ ਉਹ ਫੂਡ ਨੂੰ ਚੈੱਕ ਕਰਨਾ ਹੁੰਦਾ। ਅਲਟੀਮੇਟਲੀ ਜਿਹੜਾ ਨੋਨ ਕੰਜ਼ਿਊਮੇਬਲ ਨਜ਼ਰ ਆਉਂਦਾ ਆ ਉਹ ਨੋਨ ਕੰਜ਼ਿਊਮੇਬਲ ਨੂੰ ਅਸੀਂ ਸੀਲ ਕਰਵਾਉਣਾ ਹੁੰਦਾ। ਸੋ ਉਹਦੇ ਵਾਸਤੇ ਸਾਡੇ ਕੋਲ ਜ਼ਿਲ੍ਹਾ ਸਿਹਤ ਅਫਸਰ ਡਿਸਟ੍ਰਿਕਟ ਹੈਲਥ ਆਫਿਸਰ ਡਾਕਟਰ ਗੁਰਪ੍ਰੀਤ ਨੇ ਜਿਨ੍ਹਾਂ ਦੀ ਇਹ ਡਿਊਟੀ ਮਾਣਯੋਗ ਸਿਵਲ ਸਰਜਨ ਸਾਹਿਬ ਵੱਲੋਂ ਲਗਾਈ ਗਈ ਸੀ। ਮੈਂ ਡਾਕਟਰ SJ ਸਿੰਘ ਹਾਂ, ਮੈਂ ਅਸਿਸਟੈਂਟ ਹੈਲਥ ਆਫਿਸਰ ਹਾਂ, ਕਿਉਂਕਿ ਪੰਜਾਬ ਸਰਕਾਰ ਜਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਜਾਂ ਸਿਵਲ ਸਰਜਨ ਸਾਹਿਬ ਮਾਣਯੋਗ ਸਾਡੇ ਡਾਕਟਰ ਜਤਿੰਦਰ ਕਾਂਸਲ ਉਹਨਾਂ ਦੇ ਸਰਕਾਰੀ ਰੁਝੇਵਿਆਂ ਕਰਕੇ ਮੇਰੀ ਡਿਊਟੀ ਲਾਈ ਸੀ ਕਿ ਤੁਸੀਂ ਅੱਜ ਜਾ ਕੇ ਇਸ ਚੀਜ਼ ਨੂੰ ਇੱਕ ਵਾਰ ਚੈੱਕ ਕਰੋ। ਇਹਦੇ ਹਿਸਾਬ ਨਾਲ ਤਾਂ ਜਿਹੜਾ ਇਸ ਵੇਲੇ ਰਿਟੇਨ ਕੀਤਾ ਪਿਆ ਚਾਰ ਹੈ ਜੇ ਉਹ ਸਾਰਾ ਹੀ ਚਾਰ ਹੈ ਅਤੇ ਉਹ ਬੋਰੀਆਂ ਭਰੀਆਂ ਪਈਆਂ ਕਈ ਕੁਇੰਟਲ ਹੋਊਗਾ ਜੀ। ਸਰ ਕਿਵੇਂ ਕਾਰਵਾਈ ਕੀ ਬਣਦੀ ਹੈ? ਕਾਰਵਾਈ ਫੂਡ ਐਕਟ ਸਾਡਾ ਇਹ ਕਹਿੰਦਾ ਜੀ ਕਿ ਜਿਹੜੀ ਵੀ ਚੀਜ਼ ਸਾਨੂੰ ਲੱਗਦੀ ਹੈ ਕਿ ਇਹ ਕੰਜ਼ਿਊਮੇਬਲ ਹੈ ਜਾਂ ਨਹੀਂ ਕੰਜ਼ਿਊਮੇਬਲ ਹੈ ਜਾਂ ਅਸੀਂ ਜਿਸ ਚੀਜ਼ 'ਤੇ ਵੀ ਕਾਰਵਾਈ ਕਰਨੀ ਹੈ ਉਹਦੇ ਸੈਂਪਲ ਲੈਣੇ ਹੁੰਦੇ ਆ, ਉਹ ਐਕਟ ਦੇ ਮੁਤਾਬਕ ਰੂਲਸ ਦੇ ਮੁਤਾਬਕ ਲੈਣੇ ਹੁੰਦੇ ਆ। ਉਹ ਐਕਟ ਦੀ ਉਹਦੇ ਹਿਸਾਬ ਨਾਲ ਉਸ ਫੂਡ ਦੀ ਰਿਪੋਰਟ ਆ ਜਾਂਦੀ ਆ ਕਿ ਵੈਦਰ ਇਟ ਇਜ਼ ਕੰਜ਼ਿਊਮੇਬਲ ਔਰ ਨੋਟ, ਔਰ ਅਲਟੀਮੇਟਲੀ ਉਹ ਤੋਂ ਬਾਅਦ ਉਹਦੇ 'ਤੇ ਫਿਰ ਕਾਰਵਾਈ ਬਣਦੀ ਆ। ਹਾਂ, ਇੱਕ ਚੀਜ਼ ਨਾਲ ਇਹ ਆ ਕਿ ਜਿਹੜੀ ਚੀਜ਼ ਸਾਨੂੰ ਇਹ ਲੱਗਦੀ ਆ ਕਿ ਇਹ ਨੋਨ ਕੰਜ਼ਿਊਮੇਬਲ ਹੈ ਉਹਨੂੰ ਅਸੀਂ ਉਨੀ ਦੇਰ ਵਾਸਤੇ ਬੰਦ ਕਰਵਾ ਦਿੰਦੇ ਕਿ ਇਹਨੂੰ ਕੰਜ਼ਿਊਮ ਨਹੀਂ ਕਰਨਾ। ਸੀਲ ਕੀਤਾ ਜਾਏਗਾ? ਬਿਲਕੁਲ ਕਰਿਆ ਜਾਊਗਾ ਜੀ, ਉਹ ਤਾਂ ਐਕਟ ਵੀ ਕਹਿ ਰਿਹਾ। ਸਾਡੇ ਕੋਲ ਜ਼ਿਲ੍ਹਾ ਸਿਹਤ ਅਫਸਰ ਮੈਡਮ ਹੈਗੇ ਨੇ, ਆਪਣੇ ਸੈਂਪਲਿੰਗ ਕਰਨ ਤੋਂ ਬਾਅਦ ਇਹਨੂੰ ਸੀਲ ਕਰਵਾ ਦੇਣਗੇ। ਨਸ਼ਟ ਕਰਨ ਦੀ ਕੀ ਅੱਗੇ ਰਹੇਗੀ? ਨਸ਼ਟ ਕਰਨ ਦੇ ਉੱਪਰ ਇਹ ਆ ਜੀ ਵੀ ਜਿਹੜੀ ਚੀਜ਼ ਵਾਕਿਆ ਹੀ ਨੋਨ ਕੰਜ਼ਿਊਮੇਬਲ ਫੋਰ ਦਾ ਹਿਊਮਨ ਬੀਇੰਗ ਹੈ ਉਹਨੂੰ ਨਸ਼ਟ ਕਰਵਾਉਣਾ ਹੁੰਦਾ ਆ, ਜਿਹੜੀ ਨਹੀਂ ਹੈ ਉਹਨੂੰ ਨਹੀਂ ਕਰਵਾਉਣਾ ਹੁੰਦਾ ਹੈ। ਸੋ ਇਹਦੇ 'ਚ ਬੈਨੀਫਿਸ਼ਰੀ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਸੋ ਇਸ ਕਰਕੇ ਰਿਪੋਰਟਸ ਆਉਣ ਤੋਂ ਬਾਅਦ ਪਤਾ ਲੱਗੂਗਾ।